ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਵਿੱਚ ਅੱਜ ਦਾ ਸਾਡਾ ਨਵਾਂ ਟੌਪਿਕ ਹੈ ਜੀ ਮੋਰੀਆ ਸਾਮਰਾਜ ਚੈਪਟਰ 6 ਮਾਸਟਰ ਕੈਟਰ ਹਿਸਟਰੀ ਇਸ ਤੋਂ ਪਹਿਲਾਂ ਵਾਲੇ ਪਾਰਟ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਜਿਹਦੇ ਵਿੱਚ ਅਸੀਂ ਟੌਪਿਕ ਵਾਈਜ਼ ਪਾਰਟ ਨੇ ਜੋ ਸੈੱਟ ਕੀਤੇ ਹੋਣੇ ਚੇਮਾ ਪਾਰਟ ਹੈ ਇਹ ਨਵਾਂ ਟੌਪਿਕ ਹੈ ਮੋਰੀਆ ਸਾਮਰਾਜ ਜਿਹਦੇ ਵਿੱਚ ਅਸੀਂ ਚੰਦਰਗੁਪਤ ਮੋਰੀਆ ਅਤੇ ਉਸਦੇ ਪੁੱਤਰ ਬਿੰਦੂਸਾਰ ਬਾਰੇ ਗੱਲ ਕਰਾਂਗੇ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਟੌਪ ਕੁਆਇਜ਼ ਵੀਡੀਓ ਨੇ ਜਿਵੇਂ ਮਿਲਦੀਆਂ ਰਹਿਣ ਤਾਂ ਸਟਾਰਟ ਕਰਦੇ ਹਾਂ ਜੀ ਮੌਰੀਆ ਸਾਮਰਾਜ ਤਾਂ ਸਟਾਰਟ ਕਰਾਂਗੇ ਜੀ ਮੌਰੀਆ ਸਾਮਰਾਜ ਮੌਰੀਆ ਸਾਮਰਾਜ ਸਭ ਤੋਂ ਪੁਰਾਤਨ ਭਾਰਤੀ ਰਾਸ਼ਟਰੀ ਰਾਜਵੰਸ਼ ਕਿਹਾ ਜਾਂਦਾ ਹੈ ਕਿਉਂਕਿ ਇਹ ਭਾਰਤ ਵਿੱਚ ਭਾਰਤੀ ਰਾਜੇ ਦੁਆਰਾ ਬਣਨ ਵਾਲਾ ਪਹਿਲਾ ਰਾਜਵੰਸ਼ ਸੀਗਾ ਇਤੋ ਹੀ ਹੈ ਜੋ ਇੱਕ ਕੁਐਸਚਨ ਨਿਕਲਦਾ ਹੈ ਕਿ ਰਾਸ਼ਟਰੀ ਰਾਜਵੰਸ਼ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਮੋਰੀਆ ਸਾਮਰਾਜ ਨੂੰ ਸਭ ਤੋਂ ਪ੍ਰਾਚੀਨ ਭਾਰਤੀ ਰਾਸ਼ਟਰੀ ਰਾਜਵੰਸ਼ ਕਿਹਾ ਜਾਂਦਾ ਹੈ ਕਿਉਂਕਿ ਇਹਨੂੰ ਭਾਰਤੀ ਰਾਜੇ ਦੁਆਰਾ ਬਣਾਇਆ ਗਿਆ ਸੀ ਜャ ਵੱਡਣ ਵਾਲਾ ਪਹਿਲਾ ਰਾਜਵੰਸ਼ ਸੀਗਾ ਇਹ ਸਟਾਰਟ ਕਰਾਂਗੇ ਚੰਦਰਗੁਪਤ ਮੋਰੀਆ ਤੋਂ ਇਹਨਾਂ ਦਾ ਜਨਮ ਸੀ ਜਿਹੜਾ 345 ਬੀਸੀ ਵਿੱਚ ਹੋਇਆ ਸੀ ਇਨਾਂ ਨੇ 322 ਵਿੱਚ ਮੋਰੀਆ ਸਾਮਰਾਜ ਦੀ ਨੀਂ ਰੱਖੀ ਅਤੇ ਗੱਦੀ ਤੇ ਬੈਠੇ ਚੰਦਰਗੁਪਤ ਮੋਰੀਆ ਨੇ ਕੁਟਲਿਆ ਚਾਨਕੀਆ ਵਿਸ਼ਨੂੰ ਗੁਪਤ ਦੀ ਸਹਾਇਤਾ ਨਾਲ ਨੰਦ ਵੰਸ਼ ਦੇ ਅੰਤਿਮ ਸ਼ਾਸਕ ਪਾਨੰਦਨ ਨੂੰ ਹਰਾ ਕੇ ਮੋਰੀਆ ਸਾਮਰਾਜ ਦੀ ਨੀਂ ਰੱਖੀ ਕੁਟਲਿਆ ਚਾਨਕੀਆ ਦਾ ਅਸਲੀ ਨਾਮ ਵਿਸ਼ਨੂੰ ਗੁਪਤ ਸੀਗਾ ਤਾਂ ਗੱਲ ਕਰਦੇ ਆ ਜਾਤ ਦੀ ਜਾਤ ਇਹਨਾਂ ਦੀ ਸੀ ਜਿਹੜੀ ਬ੍ਰਾਹਮਣ ਸੀ ਇਹਨਾਂ ਦਾ ਪੇਸ਼ਾ ਤਾਂ ਅਧਿਆਪਕ ਸੀਗਾ ਇਹਨਾਂ ਦਾ ਪੇਸਾ ਚਾਂਕੀਆਂ ਨੇ ਤਕਸ਼ਿਲਾ ਵਿੱਚ ਸਿੱਖਿਆ ਪ੍ਰਾਪਤ ਕੀਤੀ ਇਸ ਸਮੇਂ ਤਕਸ਼ਿਲਾ ਜਿਹੜੀ ਉਹ ਪਾਕਿਸਤਾਨ ਵਿੱਚ ਹੈ ਕੁਟੱਲਿਆ ਦੁਆਰਾ ਜੋ ਪੁਸਤਕ ਲਿਖੀ ਗਈ ਸੀ ਤਾਂ ਉਹਦਾ ਨਾਮ ਅਰਥਸ਼ਾਸਤਰ ਸੀਗਾ ਅਰਥਸ਼ਾਸਤਰ ਯਾਨੀ ਕਿ ਜੋ ਕੁਟੱਲਿਆ ਦੁਆਰਾ ਪੁਸਤਕ ਲਿਖੀ ਗਈ ਸੀ ਇਹਦਾ ਜਿਹੜਾ ਵਿਸ਼ਾ ਸੀਗਾ ਉਹ ਰਾਜਨੀਤੀ ਸੀ ਜਿਦੇ ਵਿੱਚ ਹੈ ਜੋ ਰਾਜਵਿਵਸਥਾ ਖੇਤੀ ਨਿਆ ਰਾਜਨੀਤੀ ਆਦਿ ਦੇ ਭਿੰਨ-ਭਿੰਨ ਪਹਿਲੂਆਂ ਉੱਤੇ ਵਿਚਾਰ ਕੀਤਾ ਗਿਆ ਸੀ ਅੱਗੇ ਮੈਕੀਆਵਲੀ ਦੀ ਰਚਨਾ ਦਾ ਪ੍ਰਿੰਸ ਦੀ ਤੁਲਨਾ ਜੋ ਕਟਲਿਆ ਦੇ ਅਰਥ ਸ਼ਾਸਤਰ ਨਾਲ ਕੀਤੀ ਗਈ ਹੈ ਮੋਰੀਆ ਸਾਮਰਾਜ ਵਿੱਚ ਕਟਲਿਆ ਦਾ ਸਥਾਨ ਕੀ ਸਥਾਨ ਸੀਗਾ ਤਾਂ ਇਹ ਚੰਦਰਗੁਪਤ ਮੋਰੀਆ ਦਾ ਗੁਰੂ ਮਿੱਤਰ ਸਲਾਹਕਾਰ ਅਥੀ ਪ੍ਰਧਾਨ ਮੰਤਰੀ ਸੀ ਤਾਂ ਇੱਕ ਉਟੱਲਿਆ ਦਾ ਸਤਾਨ ਸੀ ਅੱਗੇ ਅਸੀਂ ਗੱਲ ਕਰਾਂਗੇ ਸੈਂਡਰੋਇਟਸ ਦੀ ਸਟੈਵ ਜਸਟਿਨ ਅਤੇ ਏਰੀਅਨ ਏਰੀਅਨ ਦੀਆਂ ਰਚਨਾਵਾਂ ਚੰਦਰਗੁਪਤ ਮੋਰੀਆਂ ਨੂੰ ਸੈਂਡਰੋਕੇਟਸ ਕਿਹਾ ਗਿਆ ਹੈ ਯਾਨੀ ਕਿ ਜੋ ਇਹਨਾਂ ਦੋ ਵਿਦਵਾਨਾਂ ਦੀਆਂ ਰਚਨਾਵਾਂ ਨੇ ਇਹਦੇ ਵਿੱਚ ਇਹਨਾਂ ਨੇ ਚੰਦਰਗੁਪਤ ਮੋਰੀਆਂ ਨੂੰ ਸੈਂਡਰੋਕੇਟਸ ਕਿਹਾ ਗਿਆ ਹੈ ਸੈਂਡਰੋਕੇਟਸ ਦੇ ਰੂਪ ਵਿੱਚ ਚੰਦਰਗੁਪਤ ਮੋਰੀਆ ਦੀ ਇਹਨਾਂ ਨੇ ਜੋ ਪਛਾਣ ਕੀਤੀ ਸੀ ਅਗੇ ਵਿਲੀਅਮ ਜੋਨਸ ਦੇ ਵਿਚਾਰ ਅਨੁਸਾਰ ਉਹਨਾਂ ਨੇ ਕੀ ਕਿਹਾ ਹੈ ਤਾਂ ਉਹਨਾਂ ਨੇ ਐਡਵੋਕੇਟਸ ਦਾ ਨਾਮ ਦਿੱਤਾ ਇਹਨਾਂ ਨੇ ਏਪਨੀਅਸ ਅਤੇ ਪਲੂਟਾਰਕ ਨੇ ਚੰਦਰਗੁਪਤ ਮੋਰੀਆ ਨੂੰ ਐਡਵੋਕੇਟਸ ਕਿਹਾਗਾ ਇਹਨਾਂ ਦੋ ਵਿਦਵਾਨਾਂ ਨੇ ਇਹਨਾਂ ਨੇ ਜੋ ਐਡਵੋਕੇਟਸ ਦਾ ਨਾਮ ਦਿੱਤਾ ਇਹਨਾਂ ਨੇ ਅਗੇ ਚੰਦਰਗੁਪਤ ਮੋਰੀਆ ਦੀ ਰਾਜਧਾਨੀ ਜੋ ਪਾਟਲੀਪੁੱਤਰ ਸੀ ਪਟਨਾ ਵਿਖੇ ਸੀ ਅਗੇ ਚੰਦਰਗੁਪਤ ਮੌਰੀਏ ਨੇ ਸ਼ਾਸਨ ਕੀਤਾ ਸੀ ਮਗਧ ਰਾਜ ਤੇ ਚੰਦਰਗੁਪਤ ਮੌਰੀਏ ਨੇ ਧਰਮ ਕਿਹੜਾ ਅਪਣਾਇਆ ਸੀ ਜੈਨ ਧਰਮ ਚੰਦਰਗੁਪਤ ਨੇ ਜੈਨ ਧਰਮ ਦੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ ਤਾਇ ਭਦਰਬਾਹੂ ਤੋਂ ਇਹਨਾਂ ਨੇ ਜੋ ਜੈਨ ਧਰਮ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਚੰਦਰਗੁਪਤ ਮੌਰੀਆ ਨੂੰ ਵਿਸ਼ਾਕਾਦੱਤ ਦੁਆਰਾ ਰਚਿਤ ਮੋਦਰਾ ਰਾਕਸ਼ਸ ਵਿੱਚ ਨਿਮਨਕੁੱਲ ਅਤੇ ਕੁਲਹੀਨ ਜਾਂ ਬੁਰਸ਼ਲ ਕੀਆ ਗਿਆ ਹੈ ਚੰਦਰਗੁਪਤ ਮੌਰੀਆ ਅਤੇ ਸੈਲਿਉਕਸ ਵਿਚਕਾਰ ਲੜਾਈ ਜਿਹੜੀ 305 BC ਵਿੱਚ ਹੋਈ ਜਿਸ ਦਾ ਵਰਣ APNIAS ਵਿੱਚ ਮਿਲਦਾ ਹੈ ਜਿਸ ਵਿੱਚ ਚੰਦਰਗੁਪਤ ਮੌਰੀਆ ਦੀ ਜਿੱਤ ਹੋਈ ਸੀ ਅਤੇ ਸੈਲਿਉਕਸ ਸਕੰਦਰ ਦਾ ਰਾਜਦੂਤ ਬਣ ਗਿਆ ਸੀ ਇਸ ਜਿੱਤ ਤੋਂ ਬਾਅਦ ਸੈਲਿਉਕਸ ਨੇ ਆਪਣੀ ਪੁੱਤਰੀ ਕਾਰਨੇਲੀਆ ਜਿਹਦਾ ਨਾਮ ਹੈ ਲੈਨਾ ਵੀ ਕਿਹਾ ਜਾਂਦਾ ਹੈ ਦਾ ਵਿਆਹ ਚੰਦਰਗੁਪਤ ਮੌਰੀਆ ਨਾਲ ਕਰ ਦਿੱਤਾ ਸੀਗਾ ਸੈਲਿਊਕਸ ਨੇ ਜੋ ਕਾਬਲ ਕੰਧਾਰ ਹਰਾਤ ਅਤੇ ਸਕਰਾਤ ਦੇ ਇਲਾਕੇ ਸੀ ਜਿਹੜੇ ਉਹ ਚੰਦਰਗੁਪਤ ਮੋਰੀਆ ਨੂੰ ਦੇ ਦਿੱਤੇ ਸੀਗੇ ਅੱਗੇ ਸੀ ਗੱਲ ਕਰਦੇ ਆ ਪਲੂਟਾਰਕ ਦੇ ਅਨੁਸਾਰ ਦੀ ਚੰਦਰਗੁਪਤ ਮੋਰੀਆ ਨੇ ਸੈਲਿਊਕਸ ਨੂੰ 500 ਹਾਥੀ ਭੇਟ ਕੀਤੇ ਸੀ ਸੈਲਿਊਕਸ ਨੇ ਆਪਣੀ ਰਾਜਧਾਨੀ ਆਪਣੀ ਰਾਜਦੂਤ ਜਿਹਦਾ ਨਾਮ ਮੈਕਸਾਥਨੀਸ ਸੀਗਾ ਨੂੰ ਚੰਦਰਗੁਪਤ ਮੋਰੀਆ ਦੇ ਦਰبار ਵਿੱਚ ਭੇਜਿਆ ਸੀਗਾ ਅੱਗੇ ਆਉਂਦਾ ਜੀ ਮੈਗਸਥਨੀਜ਼ ਇਹਦੇ ਬਾਰੇ ਜਾਣਕਾਰੀ ਇਹ ਸੈਲਿਉਕਸ ਦਾ ਰਾਜਦੂਤ ਸੀ ਜੋ ਯੂਨਾਨੀ ਸੀ ਚੰਦਰਗੁਪਤ ਮੋਰੀਆ ਦੇ ਦਰਬਾਰ ਵਿੱਚ ਆਇਆ ਸੀ ਮੈਗਸਥਨੀਜ਼ ਨੇ ਇੰਡੀਕਾ ਲਿਖੀ ਸੀ ਇੰਡੀਕਾ ਪੋਥੀਕ ਸੀ ਇਸਨੇ ਮੋਰੀਆ ਸਾਮਰਾਜ ਨੂੰ ਸੱਤ ਭਾਗਾਂ ਵਿੱਚ ਵੰਡਿਆ ਸੀ ਕਿਹੜੇ ਸੱਤ ਭਾਗ ਸੀ ਉਹ ਦਾਰਸ਼ਨਿਕ ਕਿਸਾਨ ਅਹੀਰ ਕਾਰੀਗਰ ਸੈਨਿਕ ਨਿਰਿਕਖ ਅਤੇ ਸਬਾਸਦ ਇਹ ਸੱਤ ਭਾਗਾਂ ਵਿੱਚ ਹੈ ਜੋ ਮੋਰੀਆ ਸਾਮਰਾਜ ਨੂੰ ਮੈਗਸਥਨੀਜ਼ ਨੇ ਵੰਡੇ ਸੀਗਾ ਕਿ ਮੈਗਸਥਨੀਜ਼ ਨੇ ਜੋ ਪਾਟਲੀਪੁੱਤਰ ਨੂੰ ਪੋਲੀਥਿਓ ਦਾ ਨਾਮ ਦਿੱਤਾ ਸੀਗਾ ਜੋ ਪਾਟਲੀਪੁੱਤਰ ਰਾਜਧਾਨੀ ਬਣਾਇਆ ਸੀ ਚੰਦਰਗੁਪਤ ਮੋਰੀਆ ਨੇ ਤਾਂ ਪੋਲੀਥਿਓ ਦਾ ਨਾਮ ਦਿੱਤਾ ਸੀਗਾ ਮੇਕਸਤ ਨਹੀਂ ਜੀ ਤਾਂ ਇਹ ਕੁਐਸਚਨ ਬਣਦਾ ਹੈ ਪਾਟਲੀਪੁੱਤਰ ਵਿੱਚ 570 ਬੁਰਜ ਅਤੇ 64 ਦਰਵਾਜ਼ੇ ਸੀ ਇਹ ਸੀ ਜਿਹੜੇ 2 ਤੋਂ 3 ਮੰਜ਼ਲਾਂ ਦੇ ਘਰ ਸੀ ਘਰ ਲੱਕੜੀ ਕੱਚੀ ਇੱਟਾਂ ਦੇ ਬਨੇ ਸਨ ਰਾਜੇ ਦਾ ਮਹਿਲ ਵੀ ਹੈ ਜੋ ਲੱਕੜੀ ਕਾਠ ਦਾ ਬਣਿਆ ਹੋਇਆ ਸੀ ਇਸ ਨੂੰ ਹੈ ਜੋ ਪੱਥਰ ਦੀ ਨਿਕਾਸੀ ਨਾਲ ਸ਼ਿੰਗਾਰਿਆ ਗਿਆ ਸੀ ਭਾਰਤ ਦੀ ਦੂਸਰੀ ਸ਼ਹਿਰੀ ਸਭਿਅਤਾ ਮੌਰੀਆ ਸਾਮਰਾਜ ਨੂੰ ਕਿਹਾ ਗਿਆ ਹੈ ਪਹਿਲੀ ਹੜੱप्पा ਸਭਿਅਤਾ ਸੀ ਤਾਂ ਮੋਸਟ ਇੰਪੋਰਟੈਂਟ ਕੁਐਸਚਨ ਇਹਦੇ ਵਿੱਚੋਂ ਨਿਕਲਦਾ ਹੈ ਕਿ ਭਾਰਤ ਦੀ ਦੂਸਰੀ ਸ਼ਹਿਰੀ ਸਭਿਅਤਾ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਜੀ ਮੌਰੀਆ ਸਾਮਰਾਜ ਨੂੰ ਪਹਿਲੀ ਸੀ ਹੜੱप्पा ਸਭਿਅਤਾ ਦੂਸਰੀ ਸ਼ਹਿਰੀ ਸਭਿਅਤਾ ਮੌਰੀਆ ਸਾਮਰਾਜ ਸੀ ਅਗੇਸੇ ਗੱਲ ਕਰਦੇ ਹਾਂ ਅਹਾਨਾ ਨੂਰੂ ਅਤੇ ਪੂਰਨਾ ਨੂਰ ਜੋ ਤਾਮਿਲ ગ્રੰਥਾ ਵਿੱਚ ਚੰਦਰਗੁਪਤ ਮੌਰੀਆ ਦੀ ਦੱਖਣ ਦੀ ਜਿੱਤ ਬਾਰੇ ਜਾਣਕਾਰੀ ਮਿਲਦੀ ਹੈ। ਅਸ਼ੋਕ ਦੇ ਅਬਿਲੇਖਾਂ ਵਿੱਚ ਵੀ ਚੰਦਰਗੁਪਤ ਮੌਰੀਆ ਦੀ ਦੱਖਣ ਦੀ ਜਿੱਤ ਬਾਰੇ ਜਾਣਕਾਰੀ ਮਿਲਦੀ ਹੈ। ਚੰਦਰਗੁਪਤ ਮੌਰੀਆ ਨੇ ਮੋਰਾ ਰਾਸ਼ਟਰ, ਮਾਲਵਾ, ਅਵੰਤੀ ਦੇ ਨਾਲ ਮਦੂਰ ਦੱਖਣੀ ਭਾਰਤ ਦੇ ਕੁਝ ਹਿੱਸੇ ਜਿਹੜੇ ਆਪਣੇ ਉਹ ਮਗਧ ਰਾਜ ਵਿੱਚ ਮਿਲਾ ਲਈ ਸੀ। ਅਗੇ ਪਲੂ ਟਾਰਕ ਦੇ ਅਨੁਸਾਰ ਚੰਦਰਗੁਪਤ ਮੋਰੀਆ ਨੇ ਭਾਰਤ ਉਪ ਜਿੱਤ ਜਿੱਤ ਹੈ ਜੋ ਪ੍ਰਾਪਤ ਕਰਨ ਲਈ 6 ਲੱਖ ਸੈਨਿਕਾਂ ਦੀ ਵਿਸ਼ਾਲ ਸੈਨਾ ਤਿਆਰ ਕੀਤੀ ਸੀ ਆਪਣੇ ਅੰਤਿਮ ਸਮੇਂ ਵਿੱਚ ਚੰਦਰਗੁਪਤ ਮੋਰੀਆ ਨੇ ਜੈਨ ਧਰਮ ਦੇ ਸੰਿਆਸੀ ਭਦਰਬਾਹੂ ਜਿਨ੍ਹਾਂ ਤੋਂ ਉਹਨਾਂ ਨੇ ਇਹ ਜੋ ਜੈਨ ਧਰਮ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਨਾਲ ਸਰਵਨ ਬੋਲਗੇਲਾ ਜੋ ਕਰਨਾਟਕ ਵਿੱਚ ਹੈ ਉੱਥੇ ਪਹੁੰਚੇ ਸੀ ਉੱਥੇ ਚੰਦਰਗੁਪਤ ਮੋਰੀਆ ਨੇ ਜੋ ਚੰਦਰਗਿਰੀ ਪਹਾੜ ਉੱਤੇ ਚੰਦਰਗੁਪਤ ਵਸਤੀ ਵਸਾਈ ਸੀ 297 98 ਬੀਸੀ ਵਿੱਚ ਸਲੇਖਣਾ ਵਿਧੀ ਜਿਹਨੂੰ ਮੌਤ ਤੱਕ ਵਰਤ ਅਪਣਾ ਕੇ ਭੁੱਖੇ ਪਿਆਸੇ ਰਹਿ ਕੇ ਆਪਣੇ ਜੀਵਨ ਦਾ ਤਿਆਗ ਕੀਤਾ ਸੀ ਚੰਦਰਗੁਪਤ ਮੋਰੀਆ ਨੇ ਤਾਂ ਪੁੱਛਿਆ ਜਾ ਸਕਦਾ ਸਲੇਖਣਾ ਵਿਧੀ ਕੀ ਹੁੰਦੀ ਹੈ ਤਾਂ ਇਹ ਹੁੰਦਾ ਜੀ ਮੌਤ ਤੱਕ ਵਰਤ ਜਿੰਨਾ ਚਿਰ ਮੌਤ ਨਹੀਂ ਆਉਂਦੀ ਤਾਂ ਭੁੱਖੇ ਪਿਆਸੇ ਰਹਿਣਾ ਇਹ ਸਲੇਖਣਾ ਵਿਧੀ ਅਪਣਾ ਕੇ ਚੰਦਰਗੁਪਤ ਮੌਰੀਆ ਨੇ 297-98 BC ਵਿੱਚ ਆਪਣਾ ਜੀਵਨ ਤਿਆਗ ਦਿੱਤਾ ਸੀ। ਇਹਨਾਂ ਦਾ ਪੁੱਤਰ ਹੁੰਦਾ ਜੀ ਬਿੰਦੂਸਾਰ ਜੋ 298 ਤੋਂ 273 BC ਬਿੰਦੂਸਾਰ ਚੰਦਰਗੁਪਤ ਮੌਰੀਆ ਦਾ ਪੁੱਤਰ ਸੀ। ਤਾਂ ਇਹ ਰਾਜਗਤੀ ਤੇ 298 BC ਵਿੱਚ ਬੈਠਾ ਸੀ। ਉਪਾਦੀ ਅਮੇਤਰੋਕਟੇਕਸ ਜਾਂ મિતਰੋ ਘਾਤ ਮੇਨ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਇਹਨੇ ਪਾਦੀ ਹੈ ਜੋ ਧਾਰਨ ਕੀਤੀ ਸੀ ਧਰਮ ਇਹਦਾ ਧਰਮ ਆਜੀਵਕਾ ਸੀਗਾ ਜੋ ਵਾਯੂ ਪੁਰਾਨ ਵਿੱਚ ਬਿੰਦੂਸਾਰ ਨੂੰ ਭੱਦਰ ਮਾਰ ਕੇ ਆ ਗਿਆ ਹੈ ਜੈਨ ਗ੍ਰੰਥਾਂ ਵਿੱਚ ਬਿੰਦੂਸਾਰ ਨੂੰ ਸਿੰਘ ਸ਼ੇਨ ਕਿਹਾ ਗਿਆ ਹੈ ਸਟ੍ਰੈਬੋ ਦੇ ਅਨੁਸਾਰ ਸਿਰਿਆ ਦੇ ਰਾਜੇ ਐਂਟੀਓਕਸ ਪਹਿਲੇ ਨੇ ਬਿੰਦੂਸਾਰ ਦੇ ਦਰਬਾਰ ਵਿੱਚ ਡਾਈਮੈਕਸ ਨਾਂ ਦਾ ਰਾਜਦੂਤ ਭੇਜਿਆ ਸੀ ਬਿੰਦੂਸਾਰ ਦੇ ਸਮੇਂ ਤੱਕ ਸੇਲਾ ਵਿੱਚ ਦੋ ਵਿਦਰੋਹ ਹੋਣ ਦਾ ਵਰਣਨ ਵੀ ਮਿਲਦਾ ਹੈ ਇਹਨਾਂ ਵਿਦਰੋਹਾਂ ਨੂੰ ਦਬਾਉਣ ਲਈ ਬਿੰਦੂਸਾਰ ਨੇ ਆਪਣੇ ਪੁੱਤਰ ਸੁਸ਼ੀਮ ਅਤੇ ਬਾਅਦ ਵਿੱਚ ਅਸ਼ੋਕ ਨੂੰ ਭੇਜਿਆ ਸੀ ਅੱਗੇ ਬੋਧੀ ਵਿਦਵਾਨ ਹੋਏ ਨੇ ਤਾਰਾਨਾਥ ਦੇ ਅਨੁਸਾਰ ਬਿੰਦੂਸਾਰ ਨੂੰ 16 ਰਾਜਾਂ ਦਾ ਵਿਜੇਤਾ ਕਿਹਾ ਗਿਆ ਹੈ ਬਿੰਦੂਸਾਰ ਨੇ ਐਂਟੀਓਕਸ ਪਹਿਲਾਂ ਤੋਂ ਸ਼ਰਾਬ ਮਦਿਰਾ ਸੁੱਕੇ ਅਜ਼ੀਰ ਅਤੇ ਕਾ ਦਾਰਸ਼ਨਿਕ ਭੇਜਣ ਦੀ ਬੇਨਤੀ ਕੀਤੀ ਸੀ 273 BC ਵਿੱਚ ਬਿੰਦੂਸਾਰ ਦੀ ਜੋ ਮੌਤ ਹੋ ਗਈ ਸੀ ਸੋ ਦੋਸਤੋ ਮੋਰੀਆ ਸਾਮਰਾਜ ਦੇ ਦੋ ਸ਼ਾਸਕ ਸੀਗੇ ਚੰਦਰਗੁਪਤ ਮੋਰੀਆ ਪਹਿਲਾ ਸੀਗਾ ਅਤੇ ਇਸ ਤੋਂ ਬਾਅਦ ਬਿੰਦੂਸਾਰ ਅੱਗੇ ਕੰਟੀਨਿਊਇਨ ਸ਼ਾਸਕਾਂ ਬਾਰੇ ਸੀ ਗੱਲ ਕਰਦੇ ਰਹਾਂਗੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਸ਼ੇਅਰ ਜਰੂਰ ਕਰ ਦੇਣਾ ਜੀ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਜਦੋਂ ਵੀ ਅਸੀਂ ਵੀਡੀਓ ਪ੍ਰੋਵਾਈਡ ਕਰੀਏ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਇਹਦਾ ਤੁਹਾਨੂੰ ਮਿਲ ਜਾਵੇ ਅਤੇ ਤੁਹਾਡੀ ਵੀ ਐਜ ਹੋ ਕੰਟੀਨਿਊ ਸਟੱਡੀ ਹੁੰਦੀ ਰਹੇ ਧੰਨਵਾਦ ਜੀ